हाँ जी, सत श्री अकाल दोस्तों, की हाल चाल है जी। तो सो अज पहुँचे जी नूर महल के स्कूल दे विच। ये स्कूल आ जी, दो तारा वजदा वे रहा जिहड़ा नूर महल की मोरी दे विच। आ देख सकते हो जी इत्थे दा हालात। इत्थे ये जी बिल्डिंग जिहड़ी जी खड़े असीं वह हैगी सरकारी स्कूल की बिल्डिंग आ। इत्थे दरवाजे दरवूजे तो लगभग मैनू लगता लग चुके ने, पर गल एक आ गई भी इत्थे स्कूल की जिहड़ी रेनोवेशन भी लगभग अद्धी हो चुकी है, पर कम इत्थे स्टार्ट नहीं होया। मतलब बच्चों की एजुकेशन लैके ये नूर महल अजे तक भी जूझदा आ। घट्टो घट काफ़ी 2006 तो लैके हुण तक सरकारी स्कूल की होंद ही इस जगह की खत्म हो चुकी सी। तो देख सकते हो जी ये बिल्डिंग अगे नो तो रेनोवेट वधिया हो चुकी है, पर पता नहीं बच्चों की कदों किस्मत होनी है भी इस स्कूल दे विच एंटर होने लई। तो एक पासे इधर छप्पड़ भी लग्या होया। तो इसी मामले नू लैके साडे एक सीनियर पत्रकार ने जिन्हां ने इत्थे धरना लाया होया जी। तो आप हुण गलबात उन्हां नाल कर लईए। गलबात करके उन्होंने पुछदे आ भी बई तुहानू की हुण लोड़ पै गई इस जगह दे उत्ते धरना देण दी। तो इधर साडे बाली जी हुणी, बाल कृष्ण बाली भाई हुणी खड़े ने, तो इन्हां नाल सवाल जवाब करते हैं। बाली जी की हाल चाल है जी? सत श्री अकाल जी। होर जी छणकाटा भाजी, बहुत वधिया जी, तुसीं ठीक ठाक हो? हाँ जी ठीक है भाजी, ठीक है। अच्छा बाली जी, इस स्कूल की एक मतलब कह लिए त्रासदी आ भी ये बन नहीं रहा असल च। बाली जी भी की तो तुसीं की सोच लिया भी हुण भी मैं इत्थे जिहड़ा हैगा आ धरना प्रदर्शन शुरू करता, भी थोड़े धरने प्रदर्शन नाल की लगदा स्कूल बन जू? देखो जी गल ये आ भी ये असल च 2006 तो ना सरां चों बाहर कढ़ता साडा पत्रकार सीगा, उन्होंने बाहर कढ़ता सी कढ़ाता सी जी। इधर जिहड़ा सरकारी सीनियर सैकेंडरी स्कूल लड़कियां दा सी उहदे विच मिलाता सी। 1997 ਸੀ, 1000 ਤੋਂ ਵੱਧ ਸੀ, 1000 ਤੋਂ ਵੱਧ ਇਹਨਾਂ ਦੀ ਆ ਗਈ ਸੀਗੀ। ਯਾਨੀ ਕਿ ਕਮਰੇ 19 ਸੀ ਤਾਂ ਜਿਹੜੇ ਵਿਦਿਆਰਥੀ ਵੱਧ ਗਏ ਟੀਚਰ 19 ਰਹਿ ਗਏ। ਇੱਕ ਕਮਰੇ ਵਿੱਚ ਤਿੰਨ ਤਿੰਨ ਜਿੱਦਾਂ ਕਿ 6ਵੀਂ ਇੱਕ 8ਵੀਂ ਬਿਠਾ ਦਿੱਤੀ, ਅੱਗੇ 11ਵੀਂ ਬਿਠਾ ਦਿੱਤੀ। ਇੱਦਾਂ ਹਾਲਤ ਉਹਦੇ ਖਰਾਬ ਹੋ ਗਏ ਸੀਗੇ, 6 ਤੋਂ 10 ਤੱਕ ਦੀ ਗੱਲ ਦੱਸ ਰਿਹਾ ਜਦੋਂ ਹੋ ਗਏ ਸੀਗੇ। ਅੱਛਾ ਜਦੋਂ ਹਾਲਤ ਹੋਏ ਅਸੀਂ ਉਦੋਂ ਪ੍ਰੈਸ ਵਾਲੇ ਸੀਗੇ, ਅਸੀਂ ਫਿਰ ਖਬਰਾਂ ਲਾਈਆਂ ਵੀ ਇੱਦਾਂ ਇੱਦਾਂ ਆ ਸਮੱਸਿਆ ਹੈਗੀ ਆ। 10 ਤੱਕ ਅਸੀਂ ਖਬਰਾਂ ਲਾਈਆਂ, ਮਤਲਬ ਚੈਨਲ ਇਹ ਨਹੀਂ ਸੀ ਹੁੰਦੇ ਅਖਬਾਰਾਂ, ਠੀਕ ਹੈ ਨਾ। ਜਦੋਂ ਦੇਖਿਆ ਵੀ ਅਖਬਾਰਾਂ ਵਿੱਚ ਤਾਂ ਗੱਲ ਬਣਦੀ ਨਹੀਂ ਹੈਗੀ, ਫਿਰ ਅਸੀਂ ਲੋਕ ਰੱਖਿਆ ਕਮਿਸ਼ਨ, ਮੈਂ ਕਨਵੀਨੀਅਰ, ਅਸੀਂ ਕੁਛ ਬੰਦੇ ਲੈ ਕੇ ਅਸੀਂ ਫਿਰ ਧਰਨਾ ਲਾਇਆ। ਯਾਨੀ ਕਿ 2010 ਤੋਂ ਅਸੀਂ ਸ਼ੁਰੂ ਕਰਤਾ ਧਰਨਾ, ਠੀਕ ਹੈ ਨਾ। ਰੈਲੀਆਂ, ਮੁਜ਼ਾਹਰੇ, ਧਰਨੇ, ਇਹ ਜਥੇਬੰਦੀਆਂ ਵੀ ਨਾਲ ਲੈ ਲਈਆਂ। 16 ਤੱਕ ਅਸੀਂ ਲੜਾਈ ਲੜੀ, ਉਹਦੇ ਵਿੱਚੋਂ ਪੱਤਰਕਾਰ ਪ੍ਰੈਸ ਵਾਲੇ ਵੀਰਾਂ ਨੇ ਵੀ ਖਬਰਾਂ ਖੂਬ ਡੱਟ ਕੇ ਲਾਈਆਂ, ਜਿਹਦੇ ਵਿੱਚੋਂ ਸੰਘਰਸ਼ ਦਾ ਰੂਪਰੇਖ ਸਾਰਾ ਕੁਛ ਦੇ ਕੇ। ਤਾਂ ਬਾਦਲ ਸਰਕਾਰ ਉਦੋਂ ਬਟਾਲਾ ਸੀ, ਗੁਰਪ੍ਰਸਾਦ ਬਟਾਲਾ MLA, ਠੀਕ ਹੈ ਨਾ। ਉਹਨਾਂ ਨੇ ਸਾਨੂੰ 1.5 ਕਰੋੜ ਗ੍ਰਾਂਟ ਮਨਜ਼ੂਰ ਕਰਤੀ, ਉਹਦੇ ਵਿੱਚੋਂ MLA ਬਟਾਲਾ ਸੀ, ਇਹਦੇ ਰਾਹੀਂ ਲੱਗਣੀ ਸੀ, ਆਉਣ ਤਾਂ ਗਈ ਉਹ ਗ੍ਰਾਂਟ ਨਾ। ਜਦੋਂ 16 'ਚ ਆਈ ਤਾਂ ਅਸੀਂ ਇਹਨੂੰ ਕਹਿਤਾ ਜੀ ਤੁਸੀਂ ਹੁਣ MLA ਆ, ਬਈ ਗ੍ਰਾਂਟ ਤੁਸੀਂ ਲਾਉਣੀ ਆ, ਤੁਸੀਂ ਲਾਓ, ਅਸੀਂ ਤਾਂ ਹੁਣ ਨਹੀਂ ਖਬਰਾਂ ਲਾ ਸਕਦੇ, ਠੀਕ ਹੈ ਨਾ। 16 ਤੋਂ ਲੈ ਕੇ 17 ਤੱਕ ਇਹ ਸਕੂਲ ਬਣਦਾ ਰਿਹਾ, ਗ੍ਰਾਂਟ ਹੋਰ ਆਉਂਦੀ ਰਹੇ ਆਪਣੇ ਬਟਾਲਾ ਸਾਹਿਬ। ਬਿਲਕੁਲ ਬਿਲਕੁਲ। ਇੱਕ ਸਾਲ ਵਿੱਚ ਆ ਬੈਂਡ ਰੇਨੀ ਖੜੀ ਹੋ ਗਈ। 17 ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ ਗਈਆਂ, ਕਾਂਗਰਸ ਜਿੱਤ ਗਈ, ਅਕਾਲੀ ਹਾਰ ਗਏ, ਬਟਾਲਾ MLA ਰਹਿ ਗਿਆ। ਜਦੋਂ ਇਹ 17 ਤੋਂ 22 ਤੱਕ ਇਹ ਕੁਛ ਨਹੀਂ ਹੋਇਆ, ਬਿਲਡਿੰਗ ਉੱਤੇ ਰਹੀ। ਉਹ ਜਿਹੜੀ ਗ੍ਰਾਂਟ ਸੀ 75 ਲੱਖ ਦੀ, ਉਹ ਇਹਨਾਂ ਨੇ ਵਰਤੀ ਨਹੀਂ, ਉਹ ਮੁੜ ਗਈ ਮੂਰਤੀ ਜਾਂ ਮੁੜਤੀ, ਇਹ ਤਾਂ ਹੁਣ ਇਹਨਾਂ ਨੂੰ ਪਤਾ ਹੋਊਗਾ। ਉਹਦੇ ਸੰਬੰਧ ਵਿੱਚ ਜਿੰਨੇ ਨੂਰ ਮਹਿਲ ਦੇ ਪੱਤਰਕਾਰ ਸੀ ਲਾਗੇ ਬਟਾਲੇ ਦੇ, ਆਪਣੇ ਬੈਠ ਗਏ ਸਾਰੇ ਜੀ, ਅਸੀਂ ਫਿਰ ਮੁੱਦਾ ਚੱਕਿਆ ਵੀ 75 ਲੱਖ ਦੀ ਗ੍ਰਾਂਟ ਆ ਜਿਹੜੀ, ਸੋਰੀ 57 ਲੱਖ ਦੀ ਗ੍ਰਾਂਟ ਆ, ਅੱਧੀ ਜਿਹੜੀ ਮੋੜੀ ਆ ਬਈ ਉਹ ਇੱਕ ਪੱਤਰਕਾਰਾਂ ਦੇ ਧਰਨੇ ਮੁਜ਼ਾਹਰੇ ਰਹਿੰਦੀਆਂ ਖਬਰਾਂ ਦੇ ਸਦਕਾ ਹੀ ਆਈ ਆ। ਦੇਖੋ ਕਿਸੇ ਉਹ ਪਾਰਟੀ ਦੀ ਆਈ ਨਹੀਂ ਹੈਗੀ, ਉਹ ਸਾਡੇ ਪ੍ਰੈਸ ਦੀ ਆ, ਮਿਹਨਤ ਕੀਤੀ ਆ ਪੱਤਰਕਾਰਾਂ ਦੀ, ਉਹ ਤਾਂ ਵਧਾਈ ਦੇ ਪਾਤਰ ਆ, ਉਹ ਧੰਨਵਾਦ ਉਹਨਾਂ ਦਾ ਬਈ ਇੰਨਾ ਕੁਛ ਮਿਹਨਤ ਕਰਕੇ 57 ਲੱਖ ਦੀ ਗ੍ਰਾਂਟ ਆਯੂ ਮੋੜ ਦੇਣੀ, ਵੀ ਗਲਤੀ ਤਾਂ ਤੁਹਾਡੀ ਆ ਨਾ, ਹਲਕੇ ਦੇ MLA ਦੀ ਆ ਨਾ। ਦੇਖੋ ਹਲਕਾ ਵਿਧਾਇਕ ਸਾਡਾ ਨਕੋਦਰ ਆ, ਇੰਦਰਜੀਤ ਕੌਰ ਮਾਨ ਆ, ਸਾਨੂੰ ਇੱਥੇ ਮਾਣ ਵੀ ਆ, ਪਰ ਜਿਹੜੀ 57 ਲੱਖ ਦੀ ਗ੍ਰਾਂਟ ਇਹਨੂੰ ਮੋੜਤੀ, ਉਹ ਜ਼ਿੰਮੇਵਾਰ ਕੌਣ ਆ? ਜਾਂ ਇਹਨੂੰ ਨਹੀਂ ਮੋੜੀ, ਕਿਸੇ ਤੋਂ ਹੋਰ ਮੋੜ ਗਈ ਹੈਗੀ ਆ। ਹੁਣ 2 ਸਾਲ ਤਾਂ ਇਹ ਬੀਤ ਗਏ, 5 ਸਾਲ ਤਾਂ ਆਪਾਂ ਉਹ ਲੜਾਈ ਲੜੀ, 2 ਸਾਲ ਇਹ ਬੀਤ ਗਏ। ਜਦੋਂ 4 ਮਹੀਨੇ ਹੋਏ ਸੀ ਨਾ ਇਹਨਾਂ ਨੂੰ, ਅਤੇ ਅਸੀਂ ਮੰਗ ਪੱਤਰ ਦੇਣ ਗਏ ਸੀ, 1-2 ਪੱਤਰਕਾਰ ਹੋਰ ਕੇ ਵੀ ਚਲੋ ਆਪਾਂ ਮੰਗ ਪੱਤਰ ਦਿਆਈਏ ਵੀ ਇਹ ਮਤਲਬ ਸਾਡਾ ਸਕੂਲ ਬਣਾਇਆ ਜਾਵੇ। ਉਦੋਂ ਕਹਿੰਦੇ ਠੀਕ ਆ। ਉਦੋਂ ਬਾਅਦ ਫਿਰ ਪ੍ਰੈਸ ਕਾਨਫਰੰਸ ਸੱਦ ਲਈ, 2-3 ਵਾਰੀ ਇੱਥੇ ਸੱਦੀ ਅਸੀਂ, ਉੱਥੇ ਵੀ ਮਸਲਾ ਰੱਖਿਆ, ਸ਼ਹਿਰ ਦੇ ਹੋਰ ਵੀ ਸੱਦੇ, ਤੁਸੀਂ ਵੀ ਸੀ, ਅਵਤਾਰ ਭਾਜੀ ਵੀ ਸੀ। ਇਹ ਕਹਿੰਦੇ ਵੀ ਮੈਂ ਹੁਣੇ ਬਣਾ ਦੇਣਾ। ਫਿਰ ਇੱਕ ਵਾਰੀ ਇਹ ਕਹਿਤਾ ਵੀ ਮੈਂ ਆਹ 28 ਤਰੀਕ ਨੂੰ ਬਣਾ ਦੇਣਾ, ਅਸੀਂ ਚਾਲੂ ਕਰ ਦੇਣਾ, ਤੁਸੀਂ ਵੀ ਉੱਥੇ ਸੀ। ਅਸੀਂ ਕਿਹਾ ਠੀਕ ਆ, ਸਾਨੂੰ ਖੁਸ਼ੀ ਹੋ ਗਈ ਵੀ 28 ਨੂੰ ਇਹ ਚਾਲੂ ਹੋ ਜਾਣਾ। ਲੇਕਿਨ ਹੁਣ 28 ਤਰੀਕ ਕਈ ਨੂੰ ਵੀ, ਇਹਨੂੰ 4 ਮਹੀਨੇ ਹੋ ਗਏ, ਹੁਣ ਇਹ ਸੁਣਦੀ ਨਹੀਂ ਗੱਲ,
ਦੋ ਸਾਲ ਇਹ ਹੋ ਗਏ, 7 ਸਾਲ ਹੋ ਗਏ ਆ, ਅਸੀਂ ਖਬਰਾਂ ਲਾ ਲਾ ਥੱਕ ਗਏ, ਚੈਨਲਾਂ 'ਤੇ ਲਾ ਲਾ ਥੱਕ ਗਏ, ਹੁਣ ਹਾਰ ਕੇ ਹੋਇਆ ਵੀ ਜਿਹੜੀ 57 ਲੱਖ ਦੀ ਗ੍ਰਾਂਟ ਆ ਲਾਈ ਆ ਅਤੇ ਜਿਹੜੀ ਬਾਕੀ ਬਚਦੀ ਮੋੜੀ ਹੈ ਤਾਂ ਅਕਸਰ ਪੈਸਾ ਤਾਂ ਲੋਕਾਂ ਦਾ ਆ ਵੀ ਅਸੀਂ 2006 ਤੋਂ 2010 ਤੋਂ ਤੁਹਾਡੇ ਵਿਚਾਰੇ ਮਿਹਨਤ ਵੀ ਕੀਤੀ ਆ, ਸਾਡੇ ਪੱਲੇ ਵੀ ਕੁਛ ਨਹੀਂ ਪਿਆ। ਦੂਜਾ ਉਲਟ ਇਹਨਾਂ ਨੇ ਆਹ ਇਮਾਰਤ ਜਿਹੜੀ ਸਾਂਭਣ ਦੀ ਬਜਾਏ ਨੀਆਂ 'ਚ ਪਾਣੀ ਪਵਾ ਤਾ ਢੇਰ ਸੈਡ 'ਤੇ ਉਹ ਤਗਾੜਨੀ ਆ ਨਾ, ਇਹਦਾ ਜ਼ਿੰਮੇਦਾਰ ਹਲਕੇ ਦਾ ਵਿਧਾਇਕ ਜਿਹੜਾ MLA ਹੁੰਦਾ ਨਾ ਉਹ ਹੁੰਦਾ ਜ਼ਿੰਮੇਦਾਰ, ਉਹਨੇ ਦੇਖਣਾ ਹੁੰਦਾ ਆ। ਪਰ ਮੈਂ ਤੁਹਾਨੂੰ ਇੱਥੇ ਰੋਕਣਾ ਚਾਹੁੰਦਾ। ਅੱਛਾ, ਮੈਨੂੰ ਇੱਕ ਗੱਲ ਥੋੜ੍ਹੀ ਜਿਹੀ ਚਾਨਣਾ ਜ਼ਰੂਰ ਪਾ ਦਿਓ। ਜਦੋਂ ਇਹ 2006 ਦੇ ਵਿੱਚ ਸਕੂਲ ਨੂੰ ਇੱਕ ਸਰਾਂ ਦੇ ਵਿੱਚੋਂ ਬਾਹਰ ਢਾਇਆ ਗਿਆ, ਕੱਢਿਆ ਗਿਆ, ਉਦੋਂ ਬੜਾ ਜ਼ੋਰ ਸੀਗਾ ਵੀ ਇੱਕ ਸੀਨੀਅਰ ਪੱਤਰਕਾਰ ਨੇ ਉਹ ਚੀਜ਼ ਕੀਤੀ, ਠੀਕ ਹੈ ਜੀ। ਉਸ ਟਾਈਮ ਕੀ ਇਹ ਨਹੀਂ ਲੱਗਦਾ ਸੀਗਾ ਵੀ ਜੇ ਉਸ ਟਾਈਮ ਉਸ ਪੱਤਰਕਾਰ ਬਾਈ ਨੇ ਜਿਹੜਾ ਉਹ ਕੰਮ ਕੀਤਾ ਸੀ ਵੀ ਆਪਾਂ ਇੱਕ ਬਿਲਡਿੰਗ ਬਾਹਰ ਖੜੀ ਕਰਵਾ ਲਈਏ ਅਤੇ ਉਸ ਤੋਂ ਬਾਅਦ ਆਪਾਂ ਸ਼ਿਫਟ ਕਰੀਏ ਬੱਚਿਆਂ ਨੂੰ, ਉਸ ਟਾਈਮ ਇਹ ਨਹੀਂ ਲੱਗਦਾ ਸੀ? ਦੇਖੋ, ਉਸ ਟਾਈਮ ਮੈਂ ਨਾ 2002 ਦੇ ਵਿੱਚ ਆਇਆ ਸੀਗਾ, ਅਸੀਂ ਸੀ ਨਵੇਂ, ਸਾਨੂੰ ਇਹਦੇ ਬਾਰੇ ਨਹੀਂ ਸੀ ਪਤਾ ਵੀ ਅਪਰਾਧ ਵਿਭਾਗ ਹੈਗਾ। ਦੇਖੋ, ਅਸੀਂ ਪੱਤਰਕਾਰ ਹੈਗੇ ਹਾਂ ਆਪਣੇ ਆਪ ਨੂੰ, ਪਰ ਕਈਆਂ ਗੱਲਾਂ ਤਾਂ ਸਾਨੂੰ ਜਾਣਕਾਰੀ ਨਹੀਂ ਹੁੰਦੀ ਹੈਗੀ, ਠੀਕ ਹੈ ਨਾ। ਸਾਤੋਂ ਸੀਨੀਅਰ ਸੀਗੇ, ਉਹਨਾਂ ਨੇ ਕਢਾ ਤਾ, ਠਾਣਾ ਕਢਾ ਤਾ, ਅਸੀਂ ਨਵੇਂ ਸੀ, ਅਸੀਂ ਕਿਹਾ ਵੀ ਕੀ ਪਤਾ ਵੀ ਭਾਈ ਸਹੀ ਹੋਊਗਾ ਹੈ ਨਾ। ਅੱਛਾ, ਜਦੋਂ ਬੱਚੇ ਰੋਲਦੇ ਦੇਖੇ ਉਹ ਮਿਡ ਡੇ ਮੀਲ ਜਿਹੜਾ ਖਾਂਦੇ ਸੀ ਉੱਥੇ ਲੈਟਰਨ ਕੁੱਤਿਆਂ ਨੇ ਖਾਣੀ, ਉਹ ਦੇਖੇ ਫਿਰ ਦੇਖੇ ਹਾਲਤ ਖਰਾਬ ਹੋ ਗਏ, ਵੀ ਅਸੀਂ ਦੂਜੇ ਪਾਸੇ ਖਬਰਾਂ ਲਾਈਏ ਵੀ ਹਾਲਤ ਖਰਾਬ ਆ। ਸਾਨੂੰ ਉਸ ਬਾਰੇ ਗਿਆਨ ਨਹੀਂ ਸੀ, ਅਸੀਂ ਅਣਜਾਣ ਸੀਗੇ, ਠੀਕ ਹੈ। ਅੱਛਾ ਬਲੀ ਜੀ, ਇੱਕ ਚੀਜ਼ ਹੋਰ ਦੱਸੋ ਮੈਨੂੰ ਵੀ ਜਿਹੜੇ ਸਕੂਲ ਜਦੋਂ ਹੁਣ ਨੂਰਮਹਿਲ ਦੇ ਵਿੱਚ ਸਕੂਲ ਸਰਕਾਰੀ ਸਕੂਲ ਦੀ ਜਿਹੜੀ ਇੱਕ ਬਾਜ਼ਾਰ ਦੇ ਵਿੱਚ ਉਹਦੀ ਹਾਲਤ ਵੀ ਬਾਹਲੀ ਵਧੀਆ ਨਹੀਂ ਹੈਗੀ, ਠੀਕ ਹੈ ਜੀ, ਅਤੇ ਹੋਰ ਸਰਕਾਰੀ ਸਕੂਲ ਕਿਤੇ ਹੈ ਨਹੀਂ ਹੈਗੇ, ਆਰੀਆ ਸਕੂਲ ਜਿਹੜਾ ਇੱਕ ਲਾਗੇ ਆ ਬਿਲਕੁਲ ਨਾਲ ਹੀ ਲੱਗਦਾ ਆ, ਹਾਂਜੀ ਹਾਂਜੀ, ਠੀਕ ਹੈ ਜੀ। ਉਹਦੇ ਨਾਲ ਸਾਹਮਣੇ ਇੱਕ ਕਹਿ ਲਓ ਵੀ ਇੱਕ ਸਰਕਾਰੀ ਸਕੂਲ ਜਿੱਥੇ ਸਰਕਾਰੀ ਸਕੂਲ 'ਚ ਫ੍ਰੀ ਬੱਚੇ ਪੜ੍ਹਨੇ ਨੇ, ਪਰ ਕਿੱਥੇ ਗਲਤੀ, ਕਿੱਥੇ ਇਹ ਸਰਕਾਰ ਦੀ ਪ੍ਰੋਬਲਮ ਆ ਗਈ ਆ ਜਾਂ ਕਿਤੇ ਇਹ ਲੋਕਲ ਲੀਡਰਸ਼ਿਪ ਦੀ ਇੱਕ ਕਹਿ ਲਓ ਵੀ ਇੱਕ ਹੱਥ ਆ ਗਿਆ ਮੋਹਰੇ ਵੀ ਹਾਂ ਵੀ ਸਕੂਲ ਨੂੰ ਬਣ ਨਹੀਂ ਦਿੱਤਾ ਜਾ ਰਿਹਾ, ਜ਼ਿੰਮੇਵਾਰ ਇਹਦਾ ਤੁਹਾਨੂੰ ਕੌਣ ਲੱਗਦਾ? ਦੇਖੋ, ਮੈਂ ਤੁਹਾਨੂੰ ਆਪਣੀ ਦੱਸਦਾ ਬਈ, ਆਹ ਜਿਹੜਾ ਸਕੂਲ ਆ ਅਸੀਂ ਇਹ ਕਹਿੰਦੇ ਹਾਂ ਬਈ ਫਲਾਨਾ MC ਕਹਿੰਦਾ, ਫਰਜ਼ ਕਰੋ ਅਸੀਂ ਇਹ ਕਹਿੰਦੇ ਹਾਂ ਵੀ ਉਹ ਜਿਹੜੇ ਸਕੂਲ ਦੇ ਕਰਤਾ ਤਰਤਾ ਆ ਜਾਂ ਪ੍ਰਧਾਨ ਉਹ ਕਹਿੰਦੇ ਆ ਵੀ ਅਸੀਂ ਨਹੀਂ ਸਕੂਲ ਬਣ ਦੇਣਾ, ਅਸੀਂ ਰੋਕ ਲਿਆ। ਮੈਂ ਇਹ ਕਹਿੰਦਾ ਹਾਂ ਵੀ ਇਹ ਸ਼ੁਰੂ ਕਦੋਂ ਕੀਤਾ? ਜਦੋਂ 2016 ਤੋਂ 17 ਤੱਕ ਸ਼ੁਰੂ ਹੋਇਆ, 1 ਸਾਲ ਬਣਿਆ, ਕਿਸੇ ਨੇ ਨਹੀਂ ਰੋਕਿਆ, ਨਾ ਸਕੂਲ ਵਾਲਿਆਂ ਨੇ ਰੋਕਿਆ, ਨਾ ਪ੍ਰਾਈਵੇਟ ਵਾਲਿਆਂ ਨੇ ਬੋਲਿਆ, ਨਾ ਯਾਰ MC ਵਾਲਿਆਂ ਨੇ ਬੋਲਿਆ। ਜਿਹੜੇ ਅਸੀਂ ਹੈ ਨਾ, ਅਸੀਂ ਕੀ ਕਰਦੇ ਲੋਕ, ਕੁਛ ਲੋਕ ਸ਼ਰਾਰਤੀ, ਉਹ ਪੱਤਰਕਾਰਾਂ ਨੂੰ ਤਾਂ MC ਨੂੰ ਕੁਛ ਸਕੂਲ ਦੇ ਮੋਹਤਵਾਨ ਨੂੰ ਪ੍ਰਧਾਨਾਂ ਨੂੰ ਲੜਾਉਂਦੇ ਆ ਵੀ ਇਹ ਕਹਿਣ ਇਹ ਕਹਾਉਣ। ਦੇਖੋ, ਸਕੂਲ ਸ਼ੁਰੂ ਕਰੋ, ਜਦੋਂ 16 ਤੋਂ 17 ਤੱਕ ਬਡਾਲਾ ਆ ਕਰਦਾ ਰਿਹਾ, ਭਾਜੀ ਉਦੋਂ ਰੋਕਣਾ ਚਾਹੀਦਾ ਸੀ, ਕੋਈ ਰੋਕਿਆ ਨਹੀਂ, ਤੁਹਾਨੂੰ ਮੈਨੂੰ ਆਵਾਜ਼ ਨਹੀਂ ਆਈ ਰੋਕਣ ਦੀ। ਮੈਂ ਕਹਿੰਦਾ BB ਸ਼ੁਰੂ ਕਰ ਦੇਵੇ, ਸਕੂਲ ਕਰੇ BB ਸ਼ੁਰੂ, ਸੁਣ ਲਾ ਜਿਹੜਾ ਰੋਕੂ ਉਹਨੂੰ ਵੀ ਆਪਾਂ ਦੇਖਾਂਗੇ। ਬਿਲਕੁਲ, ਦੇਖੋ ਸਕੂਲ ਸ਼ੁਰੂ ਹੋਇਆ ਨਹੀਂ, 70 ਲੱਖ ਦੀ ਗ੍ਰਾਂਟ ਆਈ, ਇਹਨਾਂ ਨੇ ਮੋਰਤੀ ਯਾਰ, ਇਹਨਾਂ ਨੇ ਧਰਨੇ ਲਾਏ ਸੀ, ਇਹਨਾਂ ਨੇ ਮੁਜ਼ਾਹਰੇ ਕੀਤੇ ਸੀ, ਇਹਨਾਂ ਨੇ ਅਖਬਾਰਾਂ ਪ੍ਰੈਸ ਵਾਲੇ ਤੁਸੀਂ ਚੈਨਲ ਵਾਲੇ ਤੁਸੀਂ, ਜ਼ੋਰ ਤਾਂ ਤੁਹਾਡਾ ਸਾਡਾ ਲੱਗ ਗਿਆ, ਗ੍ਰਾਂਟ ਲਿਆਉਣ ਵਿੱਚ ਪੱਤਰਕਾਰਾਂ ਦਾ ਜ਼ੋਰ ਲੱਗਾ, ਉਹਨਾਂ ਲਿਆਂਦੀ ਲੋਕਾਂ ਦੇ ਬੱਚੇ ਚਲੋ ਗਰੀਬਾਂ ਮੁੰਡਿਆਂ ਦੇ ਪੜ੍ਹਨੇ ਹੈਗੇ, ਇਹ ਗ੍ਰਾਂਟ ਆਈ ਵੀ ਨਹੀਂ ਸਾਂਭ ਸਕੇ, ਚਲੋ ਗੱਲ ਹੋ ਰਿਹਾ। ਹੁਣ ਵੀ ਸਰਕਾਰ ਆਮ ਆਦਮੀ ਪਾਰਟੀ, ਠੀਕ ਹੈ ਨਾ, ਇਹ ਬਦਲਾਅ ਚਾਹੁੰਦੇ ਆ, ਐਜੂਕੇਸ਼ਨ ਭਗਵੰਤ ਮਾਨ ਕਹਿੰਦਾ ਆ, ਹਲਕਾ ਬਦਲਾਅ ਨੂੰ ਬੀਬੀ ਇੰਦਰਜੀਤ ਮਾਨ ਨੂੰ ਅਸੀਂ ਬੇਨਤੀ ਕਰਦੇ ਹਾਂ ਨਕੋਦਰ ਵਾਲੀ ਨੂੰ ਵੀ ਤੁਸੀਂ 2 ਸਾਲ ਵੀ ਚੱਲੇ ਆ, ਤੁਸੀਂ 57 ਲੱਖ ਦੀ ਗ੍ਰਾਂਟ ਲੈ ਕੇ ਆਓ, ਲੈ ਕੇ ਆਓ, ਸ਼ੁਰੂ ਕਰੋ, ਜਿਹੜਾ ਯਾਰ ਰੋਕਦਾ ਉਹਦਾ ਬਾਅਦ ਦੀਆਂ ਗੱਲਾਂ ਆ, ਅਸੀਂ ਜਦ ਸ਼ੁਰੂ ਆਪਾਂ ਕਰ ਰਹੇ, ਤੁਸੀਂ ਰੰਧਾਵਾ ਤੁਸੀਂ ਬਹੁਤ ਸਿਆਣੇ ਸਾਡੇ ਨਾਲ ਸੁਲਝੇ ਹੋਏ ਆ, ਆਪਾਂ ਐਵੇਂ ਕਿਸੇ MC ਨੂੰ ਨਾਂ ਲੈ ਦਈਏ, ਯਾਰ MC ਕਿਹੜਾ ਰੋਕਦਾ? ਕੋਈ ਭਾਜੀ MC ਨਹੀਂ ਰੋਕਦਾ, ਕੋਈ ਸ਼ਹਿਰ ਦਾ ਪ੍ਰਧਾਨ ਨਹੀਂ ਰੋਕਦਾ, ਕੋਈ ਪ੍ਰਾਈਵੇਟ ਜਿਹੜੇ ਸਕੂਲ ਹੁੰਦਾ ਕੋਈ ਨਹੀਂ ਰੋਕਦਾ, ਇਹ ਸਾਨੂੰ ਲੜਾਉਂਦੇ ਆ ਪੱਤਰ। ਮੈਂ ਹੁਣ ਵੀ ਬੇਨਤੀ ਕਰਦਾ ਤੁਹਾਡੇ ਰਾਹੀਂ ਬਈ ਲੜਿਓ ਨਾ ਆਪਸ ਵਿੱਚ, ਇਹ ਸਕੂਲ ਬਣ ਜਾਣਾ ਆ, ਅਸੀਂ ਧਰਨਾ ਲਾਇਆ, ਲੋਕਾਂ ਨੇ ਸ਼ਹਿਰ ਵਾਲੇ ਵੀ ਸਾਡੇ ਸ਼ਹਿਰ ਆ, ਹੁਣ ਸਾਡੇ ਮਗਲੇ ਪਾਸੇ ਦੇਖੋ, ਮੈਂ ਕਹਿੰਦਾ 2 ਕਮਰੇ ਬਣਾਏ ਆ, 4 ਲੱਖ ਰੁਪਈਆ ਲੈ ਕੇ ਆ ਲੋਕ, ਆ ਜਿਹੜੇ ਨਾਲ ਦੇ ਘਰ ਨਹੀਂ ਹੈਗੇ ਉਹ ਮੈਨੂੰ ਕਹਿੰਦੇ ਨਾਲ ਆ, ਅਸੀਂ 4 ਲੱਖ ਰੁਪਈਆ ਉਹਨਾਂ ਨੇ ਇਕੱਠਾ ਕੀਤਾ ਸ਼ਹਿਰ ਵਿੱਚੋਂ ਅਤੇ ਸਕੂਲ ਬੱਚਿਆਂ ਦਾ ਬਣਾ ਸਕਦਾ। ਜਦੋਂ ਮੈਂ ਜਿੱਥੇ ਆ ਧਰਨਾ ਲਾਇਆ ਆ, ਇਹ ਆਪਣੇ ਨਾਲ ਗੁਆਂਢੀ ਕਹਿੰਦੇ ਆ ਵੀ ਅਸੀਂ ਇਕੱਠਾ ਕਰਕੇ ਆਹ ਬਣਾ ਤਾਂ ਆਹ ਨਾ ਬਣਾਵਾਂਗੇ, ਫਿਰ ਭਾਜੀ ਰੋਕਦਾ ਦੱਸ ਕਿਹੜਾ ਆ? ਬਿਲਕੁਲ ਭਾਜੀ, ਇੱਕ ਚੀਜ਼ ਰੋਕਦਾ ਨਹੀਂ ਕੋਈ, ਇਹ ਸਿਰਫ ਸ਼ਹਿਰ ਵਿੱਚ 2-4 ਬੰਦੇ ਹੁੰਦੇ ਆ ਜਿਹੜੇ ਲੜਾਉਂਦੇ ਆ। ਮੈਂ ਕਹਿੰਦਾ MC ਸਾਰੇ ਚੰਗੇ ਆ, ਪ੍ਰਧਾਨ ਸਾਰੇ ਚੰਗੇ ਆ, ਲੇਕਿਨ ਜਿਹੜੇ ਕਾਰਸਤਾਨੀਆਂ ਜਿਹੜੇ ਚਾਲਾਂ ਚੱਲਦੇ ਕੋਈ ਵੀ ਹੋਵੇ ਯਾਰ, ਉਹ ਲੜਾਉਂਦੇ ਆ, ਲੜਨਾ ਨਹੀਂ ਅਸੀਂ ਪ੍ਰੈਸ ਵਾਲਿਆਂ ਨੇ, ਨਾ MLA ਹਲਕੇ ਨਾਲ ਲੜਨਾ, ਕਿਸੇ ਨਾਲ ਨਹੀਂ ਲੜਨਾ, ਅਸੀਂ ਬੇਨਤੀ ਤੁਹਾਡੇ ਰਾਹੀਂ ਜ਼ਰੂਰ ਕਰਾਂਗੇ, ਸਾਡੀ ਬੇਨਤੀ ਤੁਸੀਂ ਇਹ ਪਾਰਟੀ ਤੱਕ ਪਹੁੰਚਾ ਦਿਓ ਵੀ ਇਹ ਲਿਆਵੇ, ਲਿਆ ਕੇ ਆਵੇ, ਸ਼ੁਰੂ ਕਰੇ। ਆਹ ਦੇਖੋ ਕੀ ਹਾਲ ਹੈ, ਤੁਸੀਂ ਆਹ ਕੈਮਰਾ ਇੱਥੇ ਮਾਰੋ, ਆਹ ਨੀਆਂ ਡਿੱਗਣੀਆਂ ਹੀ ਲਈਆਂ ਯਾਰ।
अच्छा भाई जी एक चीज़ होर है, जो लास्ट टाइम आप इतने स्कूल आए थे ना उस टाइम दरवाजे से इतने ना ही इतने कोई होर से इतने बुरे हाल से रंग भी नहीं सी। पर मैं लगता अगे ना हाल तो सुधरी है इतने पर मेन जी स्कूल चल रहा जो वो नहीं चलिया। देखो ये ना हाल तो सुधरी कह लो, देखो इतने आ प्रवासी रेंदे आ उन्होंने सुंभर के ही बैठना है। मैं भी धरना लाया, मैं भी सुंभर के दरी चटो तुम आके बिछा के ही बैठना है। ये हाल तो एक दिखावा आ, इतने इदा आ बी आ जड़े ना हालत आ ये असल च छिटन दे आ। आ बच्चे पढ़ आ टोहा किड्डा वड्डा किड्डा हैगा डूंगा, वो बच्चे डिग पे मर गया बाद च भाजी भोगा दे कहना होना प्रेस वाले ने ते मिला के मंत्रियों ने आना मंत्रियों ने आना वो मैं कहना मन तो पहले सामभ लैन। बिल्कुल भाजी मन तो बाद मंत्रियों ने आने कहने 50,000 देना रब ना करे तो पहले सामभ लैन। ये चाल आ लड़ाउण दीआं चालां चालीआं आ, कोई रोकदा नहीं। मैं हुण भी कहना भी कोई रोकदा नहीं, ना किसी ने रोकना आ। ये बनाउण दी झल आ, बनीत होई आ भी बने ना गरीबा मिंदुआ के बच्चे पढ़ने वो तो पढ़ी जाने वो तो साढ़े सहयोग नाल आ, प्रेस वाले के सहयोग नाल आ, शहर वासियों के सहयोग नाल आ। मैं सारे पत्रकार वीरां दा धन्नवाद करदा, चैनल वाले तुहाडा धन्नवाद करदा जिहड़ा तुसीं मेरा साथ। मेरा नहीं है मैं तो चलो मोहरे होया 2006 तो होया 10 तो होया आ। असीं बेनती करते हैं बई ये स्कूल बने बनना चाहिए। देखो गरीबा के मिंदुआ के बच्चे तकड़ा आदमी प्राइवेट जो पढ़ा लूगा ठीक है ना, वो चंडीगढ़ लवा साढ़े कहते थोड़ो इतने लाने आ, वो जलंधर पढ़ा लूगा उम्मीद करते हैं बड़ी जल्दी इस स्कूल की जी एक जी देखिया जो स्कूल जल्दी शुरू हो नूरमहल एक नवा स्कूल मिले तो जो गरीब बच्चे जो है इतने पढ़न आन जी एक सिक्ख्या का जो म्यार है जी भगवंत मान सरकार कह रही है उच्चा कर रही है उस चीज़ को होर उच्चा हो। सो थैंक यू सो मच जी।